ਕਾਂਗਰਸ ਮੈਨੂੰ ਤਾਂ ਪਿੱਛੇ ਲੱਗਦੀ ਹੈ, ਵੋਟ ਪਾ ਪਾਊਂਗਾ ਕਾਂਗਰਸ ਨੂੰ ਪਰ ਲੱਗਦੀ ਪਿੱਛੇ ਹੈ ਮੈਨੂੰ, ਲੱਗ ਪਿੱਛੇ ਰਹੀ। ਹਾਂ, ਕੀ ਕਾਰਨ? ਕਾਰਨ ਉਹ ਜਿਹੜਾ ਐਮ ਐਲ ਏ ਜਿਤਮਿੰਦਰ ਸਿੱਧੂ ਉਠਾਇਆ, ਉਹ ਕਦੇ ਉੱਧਰ ਜਾਵੜਾ ਕਦੇ ਉੱਧਰ ਜਾਵੜਾ, ਟੂਸੀਆਂ ਮਾਰਦਾ ਫਿਰਦਾ। ਅਤੇ ਇੱਥੋਂ ਦੇ ਜਿਹੜੇ ਐਮ ਐਲ ਏ ਆ ਬਲਜਿੰਦਰ ਕੌਰ, ਉਹਨਾਂ ਦਾ ਕੀ ਮਾਹੌਲ ਹੈ? ਮੈਂ ਤਾਂ ਵੇਖੀ ਨਹੀਂ ਕਦੇ, ਹੁਣਗੇ ਤਾਂ ਫਿਰ ਪਤਾ ਲੱਗੂ। ਅਤੇ ਕੰਮ ਕਿਵੇਂ ਆ ਇੱਥੋਂ ਦੇ ਐਮ ਐਲ ਏ ਦੇ? ਐਮ ਐਲ ਏ ਦਾ ਜ਼ੀਰੋ ਹੈ। ਅਤੇ ਨਸ਼ੇ ਦਾ ਮਾਹੌਲ ਕਿਵੇਂ ਆਪਣੇ? ਨਸ਼ੇ ਦਾ ਮਾਹੌਲ ਪੂਰਾ ਹੀ ਹੈ ਜੀ, ਜੋਬੰਦ ਹੈ, ਪੂਰੇ ਜੋਬੰਦ। ਵਧਣ ਕਦੇ ਵੱਧਦਾ, ਕੰਮਾਂ 'ਚ ਕੋਈ ਕਮੀ ਨਹੀਂ ਪਾਈ, ਪਰ ਕਾਰਨ ਹੈਗਾ ਬੇਆਬਦੀ ਵਾਲਾ ਕੰਮ ਹੈ ਜਿਹੜਾ, ਇਹ ਭੈੜਾ ਲੱਗਿਆ ਖੜਾ ਗੱਲ, ਹੋਰ ਕੋਈ ਉਹਨਾਂ 'ਚ ਕਮੀ ਨਹੀਂ ਆਈ, ਸਰਕਾਰ ਨੇ ਸਾਰਿਆਂ ਨੂੰ ਕੰਮ ਵੱਧ ਕਰਿਆ। ਇਹ ਲੱਖਾ ਸਿਧਾਣੇ ਨੂੰ ਸਿਮਰਨਜੀਤ ਸਿੰਘ ਮਾਨ ਨੇ ਖੜਾ ਕੀਤਾ, ਉਹਨਾਂ ਦਾ ਕਿਵੇਂ ਆ? ਲੱਖਾ ਸਿਧਾਣਾ ਵੀ ਨਹੀਂ, ਇੱਡਾ ਚੰਗਾ ਨਹੀਂ ਹੈ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਡੇਲੀ ਡੈਸਕ ਟੀ ਵੀ ਦੇ ਨਾਲ। ਅੱਜ ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਦੇ ਵਿਚਾਰ ਜਾਣਾਂਗੇ ਕਿ ਕੀ ਉਹਨਾਂ ਦੇ ਵਿਚਾਰ ਹੈ ਇਸ ਚੋਣਾਂ ਬਾਰੇ, ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਸੋਚਦੇ ਆ, ਅਕਾਲੀ ਦਲ ਬਾਰੇ ਕੀ ਸੋਚਦੇ ਆ, ਕਾਂਗਰਸ ਬਾਰੇ ਅਤੇ ਲੱਖਾ ਸਿਧਾਣਾ ਬਾਰੇ ਕੀ ਸੋਚਦੇ ਆ, ਆਪਾਂ ਅੱਜ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਜੀ ਤੁਹਾਡਾ? ਤੇਜ ਸਿੰਘ ਜੀ। ਤੇਜ ਸਿੰਘ ਜੀ, ਕਿਵੇਂ ਲੱਗਦਾ ਵੀ ਇਸ ਵਾਰ ਵੋਟਾਂ ਦਾ ਕੀ ਮਾਹੌਲ ਹੈ? ਅਕਾਲੀਆਂ ਨੂੰ ਪਾਵਾਂਗੇ ਜੀ। ਅੱਛਾ ਜੀ, ਸਹੀ ਲੱਗਦੇ ਕੰਮ ਉਹਨਾਂ? ਸਹੀ ਲੱਗਦੇ ਕੰਮ, ਉਹਨਾਂ ਨੇ ਕਰੇ ਸਾਡੇ ਸਾਰੇ, ਉਹਨਾਂ ਨੇ ਕਰਿਆ ਜੀ, ਮੋਟਰਾਂ ਉਹਨਾਂ ਨੇ ਦਿੱਤੀਆਂ ਸਾਨੂੰ, ਖਾਲ ਪੱਕੇ ਉਹਨਾਂ ਨੇ ਕਰਿਆ ਸਾਰਾ ਕੁਝ, ਸਾਰਾ ਅਕਾਲੀਆਂ ਨੇ ਕਰਿਆ ਜੀ। ਅਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਿਜਲੀ ਦਿੱਤੀ ਹੈ ਨਿਰੰਤਰ? ਬਿਜਲੀ ਦਿੱਤੀ ਹੈ ਜੀ, ਉਹਨੇ ਹੋਰ ਤਾਂ ਕੁਝ ਦਿੱਤਾ ਨਹੀਂ ਸਾਨੂੰ, ਟੇਲ 'ਤੇ ਬੈਠਿਆ, ਪਾਣੀ ਆਉਂਦਾ ਨਹੀਂ ਸਾਡੇ, ਮੋਟਰਾਂ ਬਾਦਲ ਕਹਿ ਦਿੱਤੀਆਂ ਸਾਨੂੰ। ਭਗਵੰਤ ਸਿੰਘ ਮਾਨ ਕਹਿੰਦੇ ਟੇਲਾਂ 'ਤੇ ਪਾਣੀ ਪਹਿਲੀ ਵਾਰ ਅਸੀਂ ਪਹੁੰਚਾਇਆ ਜੀ, ਬੈ ਦੋ ਹਿੱਸੇ ਚੱਲਦਾ, ਤਿੰਨ ਹਿੱਸੇ, ਦੋ ਮਹੀਨਾ ਤਾਂ ਉਹ ਆਇਆ ਜੀ ਹੁਣ। ਹਾਂਜੀ, ਅਤੇ ਇੱਥੇ ਬਲਜਿੰਦਰ ਕੌਰ ਐੱਮ ਐੱਲ ਏ, ਉਹਨਾਂ ਦੀ ਕਿਵੇਂ ਕਰ ਗਈ? ਤਾਂ ਆਈ ਨਹੀਂ ਜੀ, ਦੋ ਵਾਰ ਜਿੱਤ ਗਏ ਇੱਥੋਂ, ਆਈ ਨਹੀਂ ਜੀ, ਨਹੀਂ ਆਈ। ਅਤੇ ਇਹ ਕਾਂਗਰਸ ਦਾ ਕਿਵੇਂ ਮਾਹੌਲ ਹੈ? ਕਾਂਗਰਸ ਦਾ ਵੇਖੋ ਜੀ, ਹੁਣ ਜਨਤਾ ਦੇ ਸਾਰੇ ਹੈ, ਜਨਤਾ ਨੇ ਜਿਤਾਉਣੀ ਜਨਤਾ। ਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਸੁਰਜੀਤ ਸਿੰਘ ਹੈ ਜੀ। ਸੁਰਜੀਤ ਸਿੰਘ ਜੀ, ਕੀ ਲੱਗਦਾ ਵੀ ਐਤਕੀ ਕੀ ਮਾਹੌਲ ਹੈ? ਮਾਹੌਲ ਤਾਂ ਪ੍ਰੋਗਰਾਮ ਲਿਆ ਇਸ ਤਰ੍ਹਾਂ ਦਾ। ਅੱਛਾ, ਕਾਂਗਰਸ ਮੈਨੂੰ ਤਾਂ ਪਿੱਛੇ ਲੱਗਦੀ ਹੈ, ਵੋਟ ਪਾ ਪਾਊਂਗਾ ਕਾਂਗਰਸ ਨੂੰ, ਪਰ ਲੱਗਦੀ ਪਿੱਛੇ ਹੈ ਮੈਨੂੰ, ਲੱਗ ਪਿੱਛੇ ਰਹੀ। ਹਾਂ, ਕੀ ਕਾਰਨ? ਕਾਰਨ ਉਹ ਜਿਹੜਾ ਐਮ ਐਲ ਏ ਜਿਤਮਿੰਦਰ ਸਿੱਧੂ ਉਠਾਇਆ, ਉਹ ਕਦੇ ਉੱਧਰ ਜਾਵੜਾ ਕਦੇ ਉੱਧਰ ਜਾਵੜਾ, ਟੂਸੀਆਂ ਮਾਰਦਾ ਫਿਰਦਾ। ਮਤਲਬ ਸਟੈਂਡ ਵਾਲਾ ਬੰਦਾ ਨਹੀਂ ਹੈ? ਨਹੀਂ, ਸਟੈਂਡ ਵਾਲਾ ਬੰਦਾ ਹੈ ਨਹੀਂ। ਇਸ ਕਰਕੇ ਤੁਹਾਨੂੰ ਲੱਗਦਾ ਵੀ ਨਹੀਂ ਪੈਣੀ ਵੋਟ ਉਹਨਾਂ ਨੂੰ? ਨਹੀਂ ਪੈਣੀ ਵੋਟ ਨੂੰ। ਅਤੇ ਇੱਥੋਂ ਦੇ ਜਿਹੜੇ ਐੱਮ ਐੱਲ ਏ ਆ ਬਲਜਿੰਦਰ ਕੌਰ, ਉਹਨਾਂ ਦਾ ਕੀ ਮਾਹੌਲ ਹੈ? ਮੈਂ ਤਾਂ ਵੇਖੀ ਨਹੀਂ ਕਦੇ, ਵੀ ਕਿਹੋ ਜੀ ਹੈ, 10 ਸਾਲ ਹੋ ਗਏ ਨੂੰ, 10 ਦੋ ਵਾਰੀ ਬਣ ਗਈ, ਅਜੇ ਵੇਖੀ ਨਹੀਂ, ਤਾਂ ਇੱਕ ਦਿਨ ਆਈ ਹੋਊ ਬਸ। ਅਤੇ ਲੱਖਾ ਸਿਧਾਣੇ ਨੂੰ ਸਿਮਰਨਜੀਤ ਸਿੰਘ ਮਾਨ ਨੇ ਖੜਾ ਕੀਤਾ, ਉਹਨਾਂ ਦਾ ਕਿਵੇਂ ਹੈ? ਲੱਖਾ ਸਿਧਾਣਾ ਵੀ ਨਹੀਂ, ਐਡਾ ਚੰਗਾ ਨਹੀਂ ਹੈ ਜੀ, ਐਡਾ ਚੰਗਾ ਨਹੀਂ ਹੈ। ਵੇਖੋ, ਆਪਾਂ ਉਹਦਾ ਉਹਨੂੰ ਮਾੜਾ ਕਹਿੰਦਾ, ਮੇਰੇ ਪਾਸੇ ਗਲਤ ਹੈ ਵੈਸੇ, ਪਰ ਐਡਾ ਚੰਗਾ ਨਹੀਂ ਹੈ, ਜਿਹਨੂੰ ਉਹ ਬਣਦਾ ਫਿਰਦਾ। ਮਤਲਬ ਤੁਹਾਨੂੰ ਇਹ ਲੱਗਦਾ ਵੀ ਕਹਿਣੀ ਅਤੇ ਕਰਨੀ 'ਚ ਫਰਕ ਹੈ? ਫਰਕ ਹੈ, ਫਰਕ ਹੈ, ਕਹਿਣੀ ਕਹਿਣੀ ਫਰਕ ਹੈ, ਕਹਿੰਦੀ ਕੁਛ ਹੋਰ ਹੈ, ਕਰਦੀ ਕੁਛ ਹੋਰ ਹੈ। ਅਤੇ ਬੀਬੀ ਬਾਦਲ ਦਾ? ਬੀਬੀ ਬਾਦਲ ਦਾ ਪਹਿਲਾਂ ਪ੍ਰਭਾਵ ਵਾਹਵਾ ਚੰਗਾ ਬਣਿਆ ਸੀਗਾ, ਹੁਣ ਵੀ ਚੰਗਾ ਹੀ ਹੈ, ਮੇਰੇ ਖਿਆਲ ਅਨੁਸਾਰ ਹੁਣ ਵੀ ਚੰਗਾ ਹੀ ਹੈ, ਕਿਉਂਕਿ ਵੱਡੇ ਬਾਦਲ ਸਾਹਿਬ ਨੇ ਜਿਹੜਾ ਕੰਮ ਕਰਿਆ ਬਾਅਦ ਪੰਜਾਬ ਦੇ ਵਿੱਚ, ਉਹਨੇ ਕਿਸੇ ਹੋਰ ਕਰੇ ਨਹੀਂ। ਨਹੀਂ, ਬਠਿੰਡੇ ਦੀ ਤਾਂ ਉਹ ਕਹਿੰਦੇ ਸੀ ਨੁਹਾਰ ਹੀ ਬਦਲਤੀ, ਕੋਈ ਸ਼ੱਕ ਨਹੀਂ ਖਰਚ ਜੀ। ਫਿਰ ਉਹਨਾਂ ਦੇ ਕੰਮਾਂ ਦੀ ਐਤਕੀ ਕਦਰ ਪਊਗੀ? ਪੈ ਸਕਦੀ ਹੈ, ਹੁਣ ਬਠਿੰਡੇ ਵਿੱਚ ਹਸਪਤਾਲ ਇਹੋ ਜਿਹੇ ਬਣਾ ਦੇ ਉਹਨਾਂ ਨੇ ਕਿ ਜਿਹੜੇ ਵੇਖਣ ਯੋਗ ਹੈ, ਇਹੋ ਜਿਹੇ ਕੰਮ ਕਰੇ ਉਹਨਾਂ ਬਠਿੰਡੇ 'ਚ ਵਿੱਚ,
ਉੱਪਰ ਆਏ ਵੀ ਜਨਤਾ ਪਬਲਿਕ ਹੈ, ਪਬਲਿਕ ਕੁਛ ਵੀ ਕਰ ਸਕਦੀ ਹੈ। ਕੋਈ ਜਨਤਾ ਦਾ ਮਾਹੌਲ ਹੈ, ਖਬਰਾਂ ਮੌਕੇ 'ਤੇ ਕੀ ਹੋਜੂਗਾ। ਮਲੂਕਾ ਸਾਹਿਬ ਦੀ ਨੂੰਹ ਬੀਜੇਪੀ 'ਚੋਂ ਖੜੀ ਹੋਈ ਹੈ, ਬੀਜੇਪੀ ਤੋਂ ਪੰਜਾਬ ਨੂੰ ਨਫ਼ਰਤ ਹੈ, ਬੀਜੇਪੀ ਤੋਂ ਪੰਜਾਬ ਨੂੰ ਨਫ਼ਰਤ ਹੈ। ਠੀਕ ਹੈ, ਉੱਠੀ ਜਾਣ ਚੱਕ ਉੱਠੀ ਜਾਣ, ਪਰ ਸਰ ਸਰਦਾਰ ਲੋਕ ਬੀਜੇਪੀ ਤੋਂ ਨਫ਼ਰਤ ਮੰਨਦੇ ਹਨ, ਇਹ ਜਾਇਜ਼ ਹੈ। ਕਿਉਂਕਿ ਕਿਸਾਨ 700 ਕਿਸਾਨ ਮਰ ਗਿਆ ਦਿੱਲੀ ਬਾਰਡਰ 'ਤੇ, ਕਿਤੇ ਮੋਦੀ ਦੇ ਦੰਦ ਨੂੰ ਰੱਖੇ ਜੀ, ਇਸ ਕਰਕੇ ਬੀਜੇਪੀ ਤੋਂ ਨਫ਼ਰਤ ਹੈ ਕਿਸਾਨ ਨੂੰ। ਉਹਨਾਂ ਨੇ ਤਾਂ ਕਹਿੰਦੇ ਵੀ ਅਸੀਂ ਮੰਗਾਂ ਮੰਨ ਲਈਆਂ ਅਤੇ ਵਾਪਸ ਲੈ ਲਏ ਕਾਨੂੰਨ, ਇੱਥੇ ਮੂੰਹ ਤੋਂ ਆਖਤਾ, ਮੂੰਹ 'ਚੋਂ ਆਖਤਾ, ਕੋਈ ਲਿਖਤ ਰੂਪ ਨਾ ਕਿਸੇ ਨੇ ਮੰਗਿਆ ਨਾ ਕਿਸੇ ਦਿੱਤਾ, ਕਿਸੇ ਨੇ ਮੰਗਿਆ ਵੀ ਲਿਖਤ ਰੂਪ ਅਤੇ ਨਾ ਕਿਸੇ ਦਿੱਤਾ ਕਿਸੇ ਨੇ ਲਿਖਤ ਰੂਪ, ਉਹ ਤਾਂ ਇਕੱਲਾ ਬਸ ਮੂੰਹ ਤੱਕ ਬੋਲਤਾ, ਸਮਝ ਗਏ ਨਾ, ਵੀ ਜਦ ਤੱਕ ਕੋਈ ਲਿਖਤ ਰੂਪ ਕਿਸੇ ਮੰਗਿਆ ਹੋਵੇ ਜਾਂ ਕਿਸੇ ਲਿਖਤ ਰੂਪ ਦਿੱਤਾ ਹੋਵੇ ਵੀ ਅਸੀਂ ਭਾਈ ਕੰਮ ਹੁਣ ਕਰਤਾ ਹਾਂ, ਫਿਰ ਤਾਂ ਮੰਨਦੇ ਹਾਂ। ਅਤੇ ਪਿੰਡ ਦਾ ਵਿਕਾਸ ਕਿਵੇਂ ਕੀਤਾ ਬਲਜਿੰਦਰ ਕੌਰ ਨੇ? ਹਾਂ, ਸਾਹਮਣੇ ਨੀਂਹ ਪੱਥਰ ਲੱਗਿਆ ਪਿਆ, ਉਹ 15 ਲੱਖ ਰੁਪਇਆ ਕਿਹਾ ਸੀ ਦੇ ਜੂੰਗੀ, ਬਸ ਕੱਲਾ ਨੀਂਹ ਪੱਥਰ ਹੀ ਪਿਆ, ਪੈਸੇ ਤਾਂ ਵਿਖਣ ਕਿਤੇ, ਸਰਪੰਚ ਨੂੰ ਪੁੱਛਿਆ ਉਹਦਾ ਆਏ ਨਹੀਂ। ਮਤਲਬ ਵੀ ਗੱਲਾਂ ਹੀ ਉਹ ਕਰੀਏ, ਗੱਲਾਂ ਹੀ ਸਾਰੇ ਡਰਾਮੇ ਕਰਦੇ। ਦੂਸਰੇ ਪਾਸੇ ਵੀ ਕਰਦੇ ਗੱਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਜੀ? ਪਾਲ ਸਿੰਘ ਜੀ। ਪਾਲ ਸਿੰਘ ਜੀ, ਕੀ ਲੱਗਦਾ ਵੀ ਕੀ ਮਾਹੌਲ ਹੈ ਐਤਕੀ? ਕੁਛ ਕਹਿ ਨਹੀਂ ਸਕਦਾ ਜੀ, ਕੁਛ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ, ਸਾਰਾ ਗੱਲਿਆ ਹੋਇਆ ਕੰਮ ਹੈ। ਕਹਿੰਦੇ ਹੁੰਦੇ ਨੇ ਵੀ ਪਿੰਡ ਦੀ ਸੱਥ ਹੁੰਦੀ ਹੈ ਜਿਹੜੀ, ਉਹ ਪਿੰਡ ਦਾ ਉਹੀ ਹੁੰਦਾ ਲੱਗ ਰਿਹਾ ਜੀ, ਨਾ ਹੀ ਕੋਈ ਆਇਆ ਇੱਥੇ ਨਾ, ਬਾਕੀ ਮਾਹੌਲ ਦਾ ਕਿਸੇ ਨੂੰ ਕੋਈ ਪਤਾ ਨਹੀਂ, ਨਾ ਕੋਈ ਬਾਹਰ ਅੰਦਰ ਕੋਈ ਗਿਆ ਨਹੀਂ, ਇੱਥੇ ਕੋਈ ਆਇਆ ਨਹੀਂ, ਜਦੋਂ ਕੋਈ ਆਉਣ ਕਰਨਗੇ ਫਿਰ ਹੀ ਕੋਈ ਪਤਾ ਲੱਗੂ ਵੀ ਕਿੱਧਰ ਲੋਕ ਤੁਰਦੇ ਆ ਜਾਂ ਨਹੀਂ ਤੁਰਦੇ, ਕੁਛ ਕਿਹਾ ਨਹੀਂ ਜਾ ਸਕਦਾ ਅਜੇ ਤੱਕ। ਖੁੱਡੀਆਂ ਸਾਹਿਬ ਕਹਿੰਦੇ ਬੜੇ ਵਧੀਆ ਬੰਦੇ ਆ। ਨਹੀਂ, ਬੰਦੇ ਤਾਂ ਵਧੀਆ ਹੈ, ਪਰ ਜਦੋਂ ਜਾਣਦੀ ਨਹੀਂ, ਜਾ ਹੀ ਨਹੀਂ ਸਾਡੇ ਪਿੰਡ, ਜਦੋਂ ਕਦੇ ਕੋਈ ਜਾਣਦਾ ਹੀ ਨਹੀਂ ਕੋਈ, ਜੋ ਆਉਣਗੇ ਕੋਈ ਲੋਕਾਂ ਨਾਲ ਰਾਬਤਾ ਬਣਾਉਣਗੇ ਤਾਂ ਫਿਰ ਪਤਾ ਲੱਗੂ। ਅਤੇ ਕੰਮ ਕਿਵੇਂ ਆ ਇੱਥੋਂ ਦੇ MLA ਦੇ? MLA ਦਾ 0 ਹੈ, ਇੱਕ ਆ ਕੇ ਮੱਲੋ ਮਲੀ ਨੀਂਹ ਪੱਥਰ ਰਖਾਇਆ ਇੱਥੇ, ਉਹ ਵੀ ਬਿਨਾਂ ਪੈਸਿਆਂ ਤੋਂ, ਪੈਸਾ ਅੱਜ ਦੇ ਪੰਜ ਕਿੰਨੇ 10 ਸਾਲ ਹੋ ਗਏ ਉਹਨੂੰ ਬਣੀ, ਸਾਡੇ ਪਿੰਡ 'ਚ 1 ਰੁਪਿਆ ਨਹੀਂ ਦਿੱਤਾ। ਜਿਤਾਏ ਤਾਂ ਆਪਾਂ ਹੀ ਹਾਂ, ਹੈਂ ਆਪਾਂ ਹੀ ਜਿਤਾਏ, ਅਸੀਂ ਤਾਂ ਕੋਈ ਜਿਤਾਏ ਦੀ ਜਿਤਾਉਣਾ ਨਹੀਂ, ਜਿਤਾਤੇ ਬਹੁਤ ਵੱਡਾ ਮੰਨਿਆ ਜਾਂਦਾ ਪੰਜ ਵੋਟਾਂ ਲੋਕਾਂ ਨੇ, ਪਰ ਦਿੱਤਾ ਕੋਈ ਸਾਡੇ ਪਿੰਡ, ਨਾ ਸਾਡੇ ਪਿੰਡ ਆ ਗਿਆ ਮੁੜ ਕੇ ਕਦੇ, ਹਾਂਜੀ ਮਤਲਬ ਮੁੱਲ ਨਹੀਂ ਪਾਇਆ ਲੋਕਾਂ ਦੇ, ਹਾਂਜੀ ਲੋਕਾਂ ਦੇ ਪਿਆਰ ਦਾ ਮੁੱਲ ਨਹੀਂ ਪਾਇਆ ਉਹਨਾਂ, ਬਿਲਕੁਲ ਨਹੀਂ ਪਾਇਆ ਜੀ। ਜਿਹੜੇ ਬਦਲ ਗਏ ਜੀ, ਬਦਲ ਗਏ ਨਾ, ਮਤਲਬ ਸਾਡੇ ਬੇਅਦਬੀ ਮਾਰਤੇ, ਬੇਅਦਬੀ ਨੇ ਮਾਰਤੇ ਬਦਲ ਕੇ ਗੱਲ, ਉਹ ਕੁਛ ਨਹੀਂ ਸੀ, ਸਹੀ ਜੀ ਬੰਦੇ, ਪਰ ਬੇਅਦਬੀ ਨੇ ਜਮ੍ਹਾਂ ਧੇਲਾ ਕਰਤੇ ਇਹਨਾਂ ਦੇ, ਕੋਈ ਪੁੱਛਦਾ ਨਹੀਂ ਬਦਲ ਨੂੰ, ਪਿੱਛੇ ਕੁਛ ਕਹੀ ਜਾਏਗੀ ਅਸੀਂ ਵਿਜਾਇਆ ਕਰਾਂਗੇ, ਨਹੀਂ ਪੋਗ ਵੋਟ ਨਹੀਂ ਪੈਂਦੇ। ਇਹ ਤਾਂ ਆਮ ਆਦਮੀ ਪਾਰਟੀ ਦੇ ਪਹਿਲਾਂ ਜਦੋਂ ਸਰਕਾਰ ਨਹੀਂ ਸੀ ਉਦੋਂ ਕਹਿੰਦੇ ਹੁੰਦੇ ਸੀ ਸਾਨੂੰ ਸਾਰਾ ਪਤਾ, ਸਾਰੀਆਂ ਫਾਈਲਾਂ ਪਤਾ ਵੀ ਕਿੱਥੇ ਕੀ ਪਿਆ, ਕਿਹਨੇ ਕੀਤੀ ਹੈ, ਅਤੇ ਅਸੀਂ ਤਾਂ ਮਿੰਟੋ 'ਚ ਕਰ ਦਿਆਂਗੇ, ਉਹਨਾਂ ਨੇ ਹਜੇ ਤੱਕ ਉਹਨਾਂ ਨੇ ਵੀ ਨਹੀਂ ਹੱਲ, ਕੁਛ ਨਹੀਂ ਕਰਿਆ, ਬਿਲਕੁਲ ਨਾ ਕਰਨ ਜੀ, ਉਹ ਕਰਦੇ ਵੀ ਨਹੀਂ, ਨਾ ਕਰਿਆ ਉਹਨਾਂ ਨੇ, ਹਾਂਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਹੈ ਜੀ ਤੁਹਾਡਾ? ਅੰਗਰੇਜ਼ ਸਿੰਘ ਜੀ। ਅੰਗਰੇਜ਼ ਸਿੰਘ ਜੀ, ਤੁਹਾਨੂੰ ਕੀ ਲੱਗਦਾ ਵੀ ਕੀ ਮਾਹੌਲ ਹੈ? ਮਾਹੌਲ ਹੈ ਤਾਂ ਕਿ ਬਰਾਬਰ ਜਿਹਾ ਜੀ, ਸਾਰਿਆਂ ਦਾ, ਕਿਸੇ ਦਾ ਪਤਾ ਹੀ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ। ਅੱਛਾ, ਅਤੇ ਇਹ ਜਿਹੜਾ ਹੁਣ ਬੀਬੀ ਬਾਦਲ ਦਾ ਕਿਵੇਂ ਕਾਰਗੁਜ਼ਾਰੀ ਹੈ? ਇਹਦੇ ਆਊਗੀ ਤਾਂ ਹਲਕੇ ਪਤਾ ਲੱਗੂਗਾ ਜੀ, ਹਜੇ ਤੱਕ ਆਏ ਨਹੀਂ, ਹਜੇ ਉਹਨਾਂ 3 ਵਾਰੀ MP ਬਣੇ, ਬਣ ਤਾਂ ਗਏ ਜੀ, ਹਜੇ ਤੱਕ ਤਾਂ ਨਹੀਂ ਆਏ, ਸਰਪੰਚ ਦੇ ਘਰ ਆਏ ਸੀ ਜ਼ਰੂਰ, ਪਿੰਡ ਲੋਕਾਂ ਦੇ ਵਿੱਚ ਨਹੀਂ ਆਏ, ਸਾਬਕਾ ਸਰਪੰਚ ਦੇ ਘਰ ਆਏ ਸੀਗੇ, ਪਿੰਡ 'ਚ ਨਹੀਂ ਆਏ। ਅਤੇ MLA ਇੱਥੋਂ ਦੇ ਜਿਹੜੇ ਬਲਜਿੰਦਰ ਕੌਰ ਹੈ, ਉਹ ਬਿਲਕੁਲ ਹੀ ਨਹੀਂ ਆਏ, ਐਵੇਂ ਇੱਕ ਦਿਨ ਆਏ ਸੀਗੇ ਇੱਥੇ,
ਆ ਪਤਨੀ ਪੱਥਰ ਰੱਖ ਗਏ ਹੈ, ਮੁੜ ਕੇ ਨਹੀਂ ਆਏ। ਇੰਨੇ 7-8 ਸਾਲਾਂ 'ਚ ਇੱਕ ਦਿਨ ਹੀ ਆਏ? ਇੱਕ ਵਾਰੀ ਆਇਆ, ਹਾਂਜੀ। ਉਹ ਵੀ ਕੁਛ 15 ਲੱਖ ਰੁਪਇਆ ਮੈਂ ਐਲਾਨ ਕਰਕੇ ਦਿੱਤਾ ਹੈ ਨਹੀਂ। ਅਤੇ ਪਿੰਡ ਦੇ ਕੰਮਕਾਰ ਕਿਵੇਂ ਹੋਏ ਆ? ਪਿੰਡ ਦੇ ਕੰਮਕਾਰ ਪਹਿਲਾਂ ਤਾਂ ਪਹਿਲਾਂ ਵਾਲਾ ਪੈਸਾ ਪਿਆ ਸੀ ਕਾਂਗਰਸ ਦਾ ਹੀ, ਉਹਦੇ ਨਾਲ ਹੋਈ ਜਾਂਦੇ 2 ਕਰੋੜ ਰੁਪਏ ਦੇ ਨੇੜੇ ਦਿੱਤਾ ਕਾਂਗਰਸ ਨੇ, ਉਹਦੇ ਨਾਲ ਹੋਈ ਜਾਂਦੇ। ਅਤੇ ਨਸ਼ੇ ਦਾ ਮਾਹੌਲ ਕਿਵੇਂ ਆਪਣੇ ਨਸ਼ੇ ਦਾ ਮਾਹੌਲ ਪੂਰਾ ਹੀ ਹੈ ਜੀ, ਜੋਬਨ 'ਤੇ ਹੈ, ਪੂਰੇ ਜੋਬਨ 'ਤੇ। ਆਹ ਹੁਣ ਪੁਲਿਸ ਵਾਲੇ ਆਏ ਸੀਗੇ, ਉਹ ਬਾਹਰ ਭੱਜ ਗਿਆ ਮੁੰਡਾ ਜਿਹੜਾ ਵੇਚਦਾ ਸੀਗਾ, ਚੱਲ ਪੁੱਠੇ ਮੁੜ ਗਏ। ਮਤਲਬ ਇਹ ਤਾਂ ਕਹਿੰਦੇ ਸੀ ਵੀ ਅਸੀਂ ਨਸ਼ਾ ਸਾਨੂੰ ਪਤਾ ਹੈ, ਮਿੰਟਾਂ 'ਚ ਬੰਦ ਕਰ। ਕੁਛ ਵੀ ਨਹੀਂ ਕੀਤਾ ਜੀ, ਕੁਛ ਵੀ ਨਸ਼ੇ ਬਾਰੇ ਤਾਂ ਕੁਛ ਵੀ ਨਹੀਂ ਕੀਤਾ। ਵਧਿਆ ਕਿ ਘਟਿਆ? ਵਧਿਆ ਜੀ, ਵੱਧ ਗਈ, ਦੁੱਗਣਾ ਹੋ ਗਿਆ ਅੱਗੇ ਨੂੰ। ਸਰਕਾਰ ਆਈ ਹੈ, ਦੁੱਗਣਾ ਦੁੱਗਣਾ ਨਸ਼ਾ ਹੋ ਗਿਆ ਅੱਗੇ ਨੂੰ। ਹਾਂ, ਇਹ ਕਹਿੰਦੇ ਨੂੰ ਅਸੀਂ ਬੰਦ ਕਰ ਦਿਆਂਗੇ, ਪਰ ਦੁੱਗਣਾ ਤਿੱਗਣਾ ਹੋ ਗਿਆ ਸਾਡੇ ਪਿੰਡ 'ਚ ਤਾਂ, ਅਸੀਂ ਹੋਰ ਤੱਕ ਕਿਤੇ ਕੀ ਦੇਖ ਕੇ ਰੱਖ ਸਕਾਂਗੇ? ਸਾਡੇ ਪਿੰਡ 'ਚ ਦੁੱਗਣਾ ਤਿੱਗਣਾ ਹੋ ਗਿਆ ਅੱਗੇ ਨੂੰ, ਕਿਸੇ ਨੂੰ ਕੋਈ ਫੜਦਾ ਨਹੀਂ। ਇਹ ਵੀ ਪਤਾ ਹੋਣਾ ਵੀ ਕੌਣ ਕੌਣ ਬਚੀ ਜਾਂਦਾ? ਇਹਦਾ ਹੁਣ ਪਤਾ, ਆਮ ਹੀ ਪਿੰਡ 'ਚ ਤਾਂ ਲੋਕਾਂ ਨੂੰ ਪਤਾ ਹੀ ਹੁੰਦਾ ਜੀ, ਪਰ ਕਿਸੇ ਇੱਕ ਦੂਜੇ ਦਾ ਅਗਲਾ ਕਿਉਂ, ਜਿਹੜੇ ਅਗਲਾ ਕਿਉਂ ਵਿਰੋਧ ਪਾਉਂਦਾ? ਨਹੀਂ, ਹੁਣ ਇੰਨਾ ਆਮ ਹੋ ਗਿਆ ਵੀ ਪਿੰਡ 'ਚ ਹੀ ਵਿਕਣ ਲੱਗ ਗਿਆ ਸਿੱਧਾ, ਥਾਂ ਥਾਂ ਮੋੜਾਂ 'ਤੇ ਵਿਕੀ ਜਾਂਦਾ। ਅੱਛਾ, ਤੁਹਾਨੂੰ ਇੱਥੇ ਪਤਾ ਲੱਗਦਾ ਇੱਥੇ ਵੇਚਦੇ ਸ਼ਰਿਆਮ? ਹਾਂਜੀ, ਪੱਕ ਜਾਓ, 500-400 ਮਿਲ ਜਾਣਗੇ ਤੁਹਾਨੂੰ ਵੇਚਣ ਵਾਲੇ। ਇੰਨਾ ਮਾਹੌਲ ਖੁੱਲ੍ਹਾ ਹੋ ਗਿਆ, ਕੋਈ ਡਰ ਨਹੀਂ ਕਿਸੇ ਦਾ, ਭੋਰਾ ਵੀ ਸ਼ਰਿਆਮ ਵੇਚੀ ਜਾਂਦੇ। ਫੜਦੇ ਜੀ, ਫੜਦੇ ਫੜ ਕੇ ਛੱਡ ਦਿੰਦੇ, ਫੜ ਕੇ ਵੀ ਜੀ ਫੜ ਲੈਂਦੇ, ਛੱਡ ਦਿੰਦੇ ਬਸ ਨਾਲ ਦੇ ਨਾਲ, ਕੋਈ ਪੁੱਛਦਾ ਨਹੀਂ ਵੀ ਕੀ ਕਰਦੇ ਕੀ ਨਹੀਂ। ਤੁਸੀਂ ਕਦੇ ਕੀਤੀ ਹੈ ਸ਼ਿਕਾਇਤ ਪੁਲਿਸ ਨੂੰ ਜਾਂ MLA ਨੂੰ? ਅਰੇ MLA ਕੋਲੋਂ ਬਿਥਰਾ ਕੇ ਲੋਕ ਆ ਜੀ, ਪੁਲਿਸ ਵਾਲਿਆਂ ਕੋਲ ਰੋਜ਼ ਜਾਂਦੇ ਜੀ, ਕੋਈ ਪੁੱਛਦੇ ਨਹੀਂ, ਫੜਦੇ ਨਹੀਂ, ਕੋਈ ਫੜਦੇ ਛੱਡ ਦਿੰਦੇ, ਉਹਦੇ ਤਾਂ ਲੈ ਕੇ ਬਸ। ਹਾਂਜੀ, ਬਹੁਤ ਬੁਰਾ ਹਾਲ ਸਾਡੇ ਪਿੰਡ 'ਚ ਨਸ਼ੇ ਦਾ ਜੀ। ਉਦੋਂ ਤਾਂ ਇਹ ਜਦੋਂ ਸਰਕਾਰ 'ਚ ਨਹੀਂ ਹੁੰਦੇ ਸੀ ਆਮ ਆਦਮੀ ਪਾਰਟੀ, ਉਦੋਂ ਕਹਿੰਦੇ ਹੁੰਦੇ ਸੀ ਸਾਰਾ ਕੁਛ ਇਹੀ ਵਿਕਦਾ, ਸਰਕਾਰਾਂ ਵਿਕਾਉਂਦੀਆਂ ਤਾਂ ਹੈ, ਅਤੇ ਫਿਰ ਇਹਦਾ ਮਤਲਬ ਇਹ ਵੀ ਸਰਕਾਰ ਹੀ। ਇਹ ਵੀ ਫਿਰ ਉਹੀ ਕਰਦੇ ਆ, ਇਹ ਉਹੀ ਗੱਲ ਹੈ ਵੀ ਜੇ ਸਰਕਾਰਾਂ ਵਿਕਾਉਂਦੀਆਂ ਹੁਣ ਇਹ ਵਿਕਾਈ ਜਾਂਦੇ ਆ। ਉਹ ਤਾਂ ਕਹਿੰਦੇ ਗਨਮੈਨ ਵੀ ਨਹੀਂ ਲੈਂਦੇ, ਉਹ ਤਾਂ ਬੜਾ ਕੁਛ ਕਹਿੰਦੇ ਸੀ, ਉਹ ਕਹਿਣ ਤਾਂ ਗੱਲ ਦੂਰ ਗਈ ਨਾ ਕਿ ਨਹੀਂ। ਉਹ ਤਾਂ ਆਮ ਆਦਮੀ ਬਣ ਜਾਂਦੀ, ਹੁਣ ਬਣ ਗਏ ਬੰਗਲਿਆਂ ਵਾਲੇ, ਕਾਫਲਾ ਹੁੰਦਾ ਹੈਗਾ, ਆਮ ਆਦਮੀ ਬੰਦੇ ਸਕੂਟਰ ਵੀ ਜਾਇਆ ਕਰਾਂਗੇ। ਅਤੇ ਹੁਣ ਤਾਂ ਇਹ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਿਕਿਉਰਿਟੀ ਇੰਨੀ ਇੰਨੀ ਦਿੱਤੀ ਹੈ, ਮਾਂ ਨੂੰ, ਸਾਰਿਆਂ ਨੂੰ, ਕੋਈ ਚੱਕ ਨਹੀਂ। ਸਾਰੀ ਪੁਲਿਸ ਇਹਨਾਂ ਦੀ ਦੂਰੀ ਫਿਰਦੀ ਹੈ, ਕੰਮ ਕਿੱਥੋਂ ਹੋਵੇ ਹੈ ਨਾ। ਅਤੇ ਇਹ ਆਪ ਕਹਿੰਦੇ ਹੁੰਦੇ ਸੀ ਵੀ ਜੇ ਇੰਨਾ ਹੀ ਡਰ ਹੈ ਤਾਂ ਮੁਰਗੀ ਖਾਨਾ ਖੋਲ੍ਹ ਲਓ, ਇਹ ਬਹੁਤ ਕੁਛ ਕਹਿੰਦੇ ਸੀ, ਪਰ ਕਰਿਆ ਕੁਛ ਨਹੀਂ ਨਾ। ਇਹ ਤਾਂ ਮੁਰਗੀਆਂ ਦੇ ਆਂਡਿਆਂ ਦਾ ਮਾਜਵਾ ਹੀ ਦਿੰਦੇ ਰਹੇ ਨਾ, ਮੁਰਗੀ ਮਰੀ ਦਾ ਵੀ, ਕਿਸੇ ਨੂੰ ਫਿਰ ਫਸਲਾਂ ਮਰ ਗਈਆਂ ਜਿਹੀਆਂ, ਕਿਸੇ ਨੂੰ ਉਹਨਾਂ ਨੂੰ ਦਵਾਈ ਨਹੀਂ ਦਿੱਤੀ। ਇਹ ਕਹਿੰਦੇ ਅਸੀਂ ਮੁਰਗੀਆਂ ਦੇ ਵੀ ਦੇਵਾਂਗੇ, ਪਸ਼ੂਆਂ ਦੇ ਵੀ ਦੇਵਾਂਗੇ। ਇਹ ਤਾਂ ਕਹਿੰਦੇ ਸੀ ਗਰਦੌਰੀ ਬਾਅਦ 'ਚ ਹੋਇਆ ਕਰੂਗੀ, ਪਹਿਲਾਂ ਪੈਸੇ ਆ ਜਾਣ। ਐਵੇਂ ਵੀ ਪਿਛਲੀ ਵਾਰ ਜਦੋਂ ਕਣਕਾਂ ਮਾਰੀਆਂ ਉਦੋਂ 10-11 ਤਰੀਕ ਸੀ, ਕਹਿੰਦੇ 14 ਤਰੀਕ ਤੱਕ ਅਸੀਂ ਪੈਸੇ ਹੀ ਪਾ ਦਿਆਂਗੇ, ਪਰ ਹਜੇ ਨਹੀਂ 14 ਆਈ ਉਹ। ਅੱਛਾ, ਸਾਲ ਹੋ ਗਿਆ। ਹਾਂ, ਲੋਕਾਂ ਤੋਂ ਪੁੱਛਣੇ ਕਹਿੰਦੇ ਪਲਟ ਮਾਰਤੀ ਵੀ ਜੈਨ ਡੋਰੀਆਂ ਦਾ, ਮੈਂ ਕਸਦਾ ਨਾ ਆਟੋ ਕਸਣ ਲਾ ਤੇ ਲੋਕਾਂ ਨੂੰ ਵੀ ਭੁੱਲਿਓ ਨਾ, ਲੋਕ ਉਮੀਦ ਤਾਂ ਬਹੁਤ ਸੀ ਇਹਨਾਂ ਤੋਂ, ਪਰ ਜਮਾਂ ਬਿਲਕੁਲ ਬਿਲਕੁਲ ਨਹੀਂ ਉਤਰਿਆ। ਹੋਟਲ ਹੈ ਇਹਨਾਂ ਕੋਲ, ਤਾਂ ਉਹਦੇ ਕਾਗਜ਼ ਪਤਾ ਨਹੀਂ ਕਿੱਥੇ ਪਏ, ਨਾ ਲਿਆਉਂਦੇ ਆ ਨਾ ਚੱਕਦੇ ਆ, ਜਿਹੜਾ ਦਿੰਦੇ ਆ ਉਹ ਚੱਕ ਲੈਂਦੇ ਨਾ। ਉਹ ਤਾਂ ਵਾਰੀ ਵਾਰੀ ਕਹੀ ਜਾਂਦੇ ਅਤੇ ਕੋਈ ਗੱਲ ਕਰਦੇ, ਕਾਰਵਾਈ ਕੁਛ ਨਹੀਂ, ਪਤਾ ਨਹੀਂ ਕਿੱਥੇ ਪਏ ਆ, ਕਦੋਂ ਲਿਆਉਣਗੇ ਉਹ ਚੀਜ਼ਾਂ ਇਹਨਾਂ ਕੋਲ ਦੱਸ। ਅਤੇ ਮਜੀਠੀਏ ਦਾ ਕਹਿ ਦਿੰਦੇ ਅਤੇ ਮਾਫ਼ੀ ਉਹਦੇ ਤੋਂ ਵੀ ਮੰਗੇ, ਇਹ ਤਾਂ ਗੱਲ ਹੀ ਇੱਕੋ ਇਹਨਾਂ ਦੀ ਕੋਈ ਹੋਈ ਨਹੀਂ। ਹੁਣ ਤਾਂ ਵੋਟਾਂ ਵਾਲੇ ਜਿਹੜੇ ਤੁਸੀਂ ਪੁੱਛਣ ਨਾ, ਇਹ ਜਦੋਂ ਕਾਗਜ਼ ਭਰਨਗੇ
ਉਹ ਤੂੰ ਦੂਜੇ ਨਾ ਉਹ ਫਸ ਜੀ ਉਹ ਤੋਂ ਦੱਸਾਂ ਕੀ ਪਤਾ ਬਦਲ ਕੇ ਦੂਜੇ ਪਾਸੇ ਵੱਗ ਜਾਣਾ ਅਸੀਂ ਕਹਿ ਦਈਏ ਫਲਾਣੇ ਨੂੰ ਪਾਵਾਂਗੇ ਮੰਨ ਜਾਓ ਗੱਲ ਅਸੀਂ ਕਹਿ ਦਈਏ ਸਿਮਰ ਕੌਰ ਨੂੰ ਪਾਵਾਂ ਫਲਾਣੇ ਨੂੰ ਪਾਵਾਂਗੇ ਉਹ ਦੂਜੇ 'ਚ ਵੱਗ ਜੇ ਜਿੱਥੇ ਕਾਗਜ਼ ਭਰਤੇ ਉਹ ਦੂਜੇ ਨਾ ਜਿਓ ਜਿਵੇਂ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਉਹ ਟਿਕਟ ਛੱਡ ਕੇ ਬੀਜੇਪੀ 'ਚ ਗੱਲ ਤਾਂ ਉਹੀ ਆ ਗਈ ਨਾ ਵੀ ਪਤਾ ਹੀ ਕੋਈ ਨਹੀਂ ਹੁੰਦਾ ਕਿਸਾਨਾਂ ਦਾ ਕਦੀ ਪੰਜ ਮਿੰਟਾਂ ਕਰ ਦਿੰਦੇ ਹੱਲ ਵੀ ਭੈਣ ਨੂੰ 11 ਮਹੀਨੇ 5 ਮਿੰਟ ਕਿਵੇਂ ਕਰ ਦਿਓ ਫਿਰ ਤੁਸੀਂ ਕਰਾਉਂਦੇ ਹੋ ਇਹ ਤਾਂ ਮੰਨਦੇ ਨਾ ਇਹਨਾਂ ਦੀ ਜਿਹੜੀ ਮੰਤਰੀ ਆ ਅਨਮੋਲ ਗਗਨ ਮਾਨ ਉਹ ਕਹਿੰਦੀ ਸੀ ਵੀ 5 ਮਿੰਟਾਂ 'ਚ ਅਸੀਂ MSP ਦੇ ਦਿਆਂਗੇ ਹੁਣ ਭਗਵੰਤ ਸਿੰਘ ਮਾਨ ਕਹਿੰਦੇ ਵੀ ਅਸੀਂ ਤਾਂ ਦੇ ਹੀ ਨਹੀਂ ਸਕਦੇ ਫਿਰ ਉਹ ਆਪ ਵੀ ਦੀ ਰਾਇ ਕਰਿਆ ਕਰਨਾ ਕਹਿੰਦੇ ਬੈਠ ਕੇ ਇਹ ਤਾਂ ਗੱਲ ਮੰਨਦੇ ਪਤਾ ਤਾਂ ਹੁੰਦਾ ਨਹੀਂ ਗੱਪ ਮਾਰ ਦਿੰਦੇ ਆ ਵੀ ਆਹ ਕੰਮ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਤਾਂ ਪਤਾ ਨਹੀਂ ਹੁੰਦਾ ਵੀ ਹੋਊਗਾ ਕਿਵੇਂ ਗੱਪ ਮਾਰ ਛੱਡਦੇ ਵੀ ਆਹ ਕਰ ਦਿਆਂਗੇ ਬਿਆਨ ਦੇਣ ਦੀ ਕਾਹਲੀ ਕਰ ਦੇਣ ਦੀ ਕਾਹਲੀ ਹੁੰਦੀ ਹੈ ਪਤਾ ਹੁੰਦਾ ਨਹੀਂ ਵੀ ਜਾਊਗਾ ਕਿੱਧਰ ਨੂੰ ਸਾਡੇ ਪੈਸੇ ਦਿੱਤੇ ਖੋਜ ਕਰਨੀ ਸਕਦੇ ਜਿਹੜਾ ਨਾ ਸਾਡੇ ਪੰਚਾਇਤ ਨੂੰ ਪੈਸਾ ਜਟਾਣੇ ਨੇ ਦਿੱਤਾ ਉਹ ਹਲਕਾ ਇੰਚਾਰਜ ਸੀਗਾ ਇੱਥੇ ਉਹਨੇ ਵਧੀਆ ਪੈਸਾ ਦਿੱਤਾ 2 ਕਰੋੜ ਰੁਪਇਆ ਆ ਗਿਆ ਸਾਡੇ ਪਿੰਡ 'ਚ ਬਹੁਤ ਹੈ 2 ਕਰੋੜ ਬਹੁਤ ਪੈਸਾ ਆ ਗਿਆ ਸੀ ਬਾਕੀ ਕਿਸੇ ਨੇ ਕੁਛ ਨਹੀਂ ਸਰਕਾਰ ਨੇ ਸਾਨੂੰ ਤਾਂ ਦਵਾਈ ਦਿੱਤੀ ਨਹੀਂ ਸਾਡੇ ਪਿੰਡ ਦਾ ਕੰਮ ਰੋਕਿਆ ਸਾਰੇ ਜਿੰਨੇ ਵੀ ਕਰਦੇ ਸਰਪੰਚ ਮਤਲਬ 2 ਕਰੋੜ ਉਹਨੂੰ ਜਿੱਤਣ ਤੋਂ ਬਾਅਦ ਉਹਨਾਂ ਨੇ ਰੋਕਤਾ ਕੰਮ ਰੋਕਦੇ ਕੰਮ ਜਿਹੜਾ ਕਰਦੇ ਉਹੀ ਰੋਕਦੇ ਜਿਹੜਾ ਕੰਮ ਕਰਦੇ ਰੋਕ ਦਿੰਦੇ MLA ਦਾ ਸਾਡਾ ਕੰਮ ਰੋਕਣ 'ਤੇ ਜ਼ੋਰ ਲਾਇਆ ਜਿੰਨਾ ਕਲਾ ਹੈ ਕਰਨਾ ਕੰਮ ਤੋਂ ਵੀ ਆਹ ਕੰਮ ਨੂੰ ਰੋਕੋ ਵੀ ਇਹ ਰੋਕਦੇ ਉਹਨੂੰ ਚਿੱਠੀ ਕਢਾਤੀ ਵੀਡੀਓ ਨੂੰ ਕਢਾਤੀ ਕਦੇ ਕਿਤੋਂ ਕੋਈ ਰੋਕਦੇ ਉਹਨੂੰ ਪਰ ਰੋਕਣ 'ਤੇ ਜ਼ੋਰ ਦਿੱਤਾ ਕਰਾਉਣ 'ਤੇ ਨਹੀਂ ਆਹ ਜਿਹੜੀ ਸੜਕ ਅੱਧੀ ਬਣੀ ਪਈ ਤਾਂ ਕਰਕੇ ਰੁਕੀ ਹਾਂ ਇਸੇ ਕਾਰਨ ਕਿ ਰੋਕੀਆਂ ਜੀ ਕੰਮ ਕਈ ਰੁਕੇ ਪਏ ਇਸੇ ਕਾਰਨ ਬੰਦ ਕਰਵਾਤੇ ਸੀ ਉਹਨੇ ਕੰਮ ਮੰਡੀਆਂ ਦਾ ਕੀ ਮਾਹੌਲ ਹੈ ਮੰਡੀਆਂ ਸਹੀ ਚੱਲੀ ਜਾਂਦੀਆਂ ਮੰਡੀ ਤਾਂ ਖਰ ਮੈਂ ਤਾਂ ਗਿਆ ਨਹੀਂ ਗਿਆ ਮੈਂ ਇਹਨੂੰ ਪਤਾ ਠੀਕ ਹੈ ਜੀ ਮੰਡੀਆਂ ਠੀਕ ਹੈ ਸਹੀ ਚੱਲੀ ਮੇਰੀ ਕਣਕ ਤੁਲ ਗਈ ਸਾਰੀ ਜਿਹੜੀ ਕਣਕ ਆ ਜਾਂਦੀ ਹੈ ਸੁੱਕੀ ਤਾਂ ਤੁਲ ਜਾਂਦੀ ਗਿੱਲੀ ਮਾੜੀ ਮੋਟੀ ਇੱਕ ਦਿਨ ਟਾਈਮ ਲੱਗ ਜਾਂਦਾ ਬਸ ਹੋਰ ਤੁਹਾਨੂੰ ਟੱਕਰ ਨੇ 48 ਕਰੀ ਜੀ 2 ਦਿਨ 48 ਦਾ ਕਰਕੇ ਮਾੜਾ ਫਰਕ ਪੈ ਗਿਆ ਸੀਗਾ ਉਹ ਮਾੜਾ ਇਕੱਠਾ ਹੋ ਗਿਆ ਇਕੱਠਾ ਮਾਹੌਲ ਹੌਲੀ ਹੌਲੀ ਚੱਕਣ 'ਤੇ ਟਾਈਮ ਲੱਗ ਗਿਆ ਬਸ ਹੁਣ ਤਾਂ ਠੀਕ ਹੈ ਮਾਹੌਲ ਗਲਤ ਨਹੀਂ ਹੈ ਕੁਛ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਨੇ ਕਿੰਨੇ ਕੁ ਕੰਮ ਕੀਤੇ ਇੱਥੇ ਕਰੇ ਜੀ ਪਹਿਲਾਂ ਜੀ ਕੰਮ ਇਕੱਲੇ ਕਰਾਂਗੇ ਜੀ ਜਿਹੜੀ ਬੇਅਦਬੀ ਕਰਦੇ ਸਾਰਾ ਕੁਝ ਬੱਚੇ ਲੈ ਕੇ ਬਹਿ ਗਿਆ ਸਾਰਾ ਕੁਝ ਉਹਨਾਂ ਦਾ ਮਤਲਬ ਹੁਣ ਬੇਅਦਬੀ ਕਰਕੇ ਹੁਣ ਵੋਟ ਨਹੀਂ ਪੈਂਦੀ ਬਹੁਤ ਘੱਟ ਵੋਟ ਹੋ ਗਈ ਬਹੁਤ ਘੱਟ ਵੋਟ ਪਊਗੀ ਸਾਰੇ ਅਕਾਲੀਆਂ ਦੇ ਕਰੇ ਹੋਏ ਵਧਣ ਹਾਂ ਕਦੇ ਵੱਧ ਕੰਮਾਂ 'ਚ ਕੋਈ ਕਮੀ ਨਹੀਂ ਪਾਈ ਪਰ ਕਾਰਨ ਹੈਗਾ ਬੇਅਦਬੀ ਵਾਲਾ ਕੰਮ ਹੈ ਜਿਹੜਾ ਇਹ ਭੈੜਾ ਲੱਗਿਆ ਖੜਾ ਗੱਲ ਹੋਰ ਕੋਈ ਉਹਨਾਂ 'ਚ ਕਮੀ ਨਹੀਂ ਆਈ ਸਰਕਾਰਾਂ ਨੇ ਸਾਰਿਆਂ ਨੂੰ ਕੰਮ ਵੱਧ ਕਰਿਆ ਜਿੰਨਾ ਵੀ ਦਾਣਾ ਮੰਡੀ ਤੋਂ ਖਾਲਾਂ ਤੋਂ ਕਿਲਾ ਸਾਰੇ ਕੰਮ ਇਹਨਾਂ ਦੇ ਕਰੇ ਹੋਏ ਬਦਲ ਕੇ ਜਿਵੇਂ ਚੋਣ 'ਚ ਜਿਤਾਏ ਸਾਡੇ ਪਿੰਡ ਨੇ ਮਤਲਬ ਵਾਅਦਾ ਕਰਿਆ ਸੀ ਤੁਹਾਡੇ ਮੋਗਾ ਲਾਵਾਂਗੇ ਅਤੇ 2450 ਵੋਟ ਪੋਲ ਹੋਈ ਸੀ ਅਤੇ 2200 ਵੋਟ ਇਹਨੂੰ ਇਕੱਲੇ ਨੂੰ ਪਈ ਸੀ ਅੱਛਾ ਇੱਕ ਤਰਫਾ ਮੈਂ ਲੱਗ ਰਿਹਾ ਸੀ ਵੀ ਤੁਹਾਡੇ ਮੋਗਾ ਲਵਾ ਕੇ ਜੂੰਗਾ ਮੈਂ ਐਡਾ ਮੋਗਾ ਲਾ ਤੂੰ ਪਾਣੀ ਪਾਣੀ ਕਰ ਤੂੰ ਅਤੇ ਆਪ ਹੀ ਲੱਗਦਾ ਵੀ ਹਟਾ ਤਾ ਇੱਕ 2 ਮੋਗੇ ਸੀ ਇੱਕ ਤਾਂ ਫੇਲ ਹੋ ਗਿਆ ਸੀ ਬਸ ਮੇਰੇ ਮਹਿਕਮੇ ਨੇ ਕਰਤਾ ਪਤਾ ਜੀ ਇਸ ਨੇ ਕਰਾ ਲਿਆ ਇੱਕ ਲੱਗਣ ਨੂੰ ਜਮਾਂ ਤਿਆਰ ਹੋ ਗਿਆ ਸੀ ਉਹ ਵੀ ਇੱਕ ਬੰਦੇ ਮਗਰ ਲਾ ਕੇ ਇਹਨੇ ਫੇਲ ਕਰਾਤਾ ਮੋਗਾ ਦਾ ਹੁਣ ਵੀ ਲੱਗ ਜਾਏ ਨਹੀਂ ਪਤਾ ਮਸ਼ੀਨ ਲੱਗੇ ਭੱਜ ਉਹ ਬੰਦਾ ਦੂਜੇ ਪਾਸੇ ਇਹਨਾਂ ਤਾਂ ਹੀ ਨਹੀਂ ਪਤਾ ਨਾ ਉਹ ਤਾਂ ਦੂਜੇ ਪਾਸੇ ਅਕਾਲੀ ਦਲ 'ਚ ਉੱਧਰ ਜਾ ਮਸ਼ੀਨ 'ਚ ਲੈ ਕੇ ਭੱਜ ਗਿਆ ਬਿੰਦ ਲੱਗਿਆ ਉਹ ਤਾਂ ਕਹਿੰਦਾ ਮੈਨੂੰ ਕੱਢਿਆ ਹੈ ਉਹ ਤਾਂ ਕਹਿੰਦੇ ਕੱਢਿਆ ਉਹ ਕਹਿੰਦਾ ਮੈਂ ਆਪ ਦੀ ਆ ਪਾਇਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੋਈ ਲੱਗਦਾ ਜਿਹੜੇ ਨਿਕਲਦੇ ਹੁੰਦੇ ਇਹਨਾਂ ਦੀ ਭੈਣ ਲਿਖਤੀ ਰੂਪ 'ਚ ਲੱਗਣਾ ਚਾਹੀਦਾ ਸੱਥਾਂ 'ਚ ਵੀ ਕੱਢਿਆ ਹੈ ਕਿ ਆਪ ਆਏ ਨਾ ਲੋਕਾਂ ਨੂੰ ਇੰਨਾ ਕੁ ਪਤਾ ਲੱਗਿਆ ਉਹ ਤਾਂ ਬਹੁਤ ਪਤਾ ਲੱਗੀ ਜਾਂਦਾ ਇਹ ਕਿਹੜਾ ਪਤਾ ਲੱਗਣ ਦਿੰਦੇ ਸ਼ਾਮ ਦੀ ਸ਼ਾਮ ਤੜਕੇ ਨੂੰ ਹੋਰ ਕੁਛ ਹੋ ਜਾਂਦਾ ਬਿਆਨ ਸੀ ਵੀ ਮੈਂ ਤਾਂ ਆਪ ਛੱਡ ਕੇ ਆਇਆ ਉਹ ਕਹਿੰਦੇ ਅਸੀਂ ਕੱਢਿਆ ਹੋਇਆ
ਬਾਕੀ ਦਾ ਕੋਈ ਭੇਤ ਨਹੀਂ ਆਉਂਦਾ। ਨਾਲੇ ਪਾਰਟੀਆਂ ਵੀ ਮੈਨੂੰ ਲੱਗਦਾ ਵੀ ਦੂਜੀ ਪਾਰਟੀ ਵਾਲੇ ਬੰਦੇ ਦੇ ਭਲਾ ਦੀ ਉਦੋਂ ਐਡਾ ਨਾ ਉਹਦੀ ਪਾਰਟੀ 'ਚ ਕੋਈ ਕੱਦ ਹੋਵੇ, ਉਹਨੂੰ ਐਂ ਕਿਉਂ ਚੱਕਦੀਆਂ, ਇੰਨਾ ਕਿਉਂ ਕਰਦੀਆਂ? ਹੁਣ ਇਹਨਾਂ ਨੂੰ ਪਤਾ ਯਾਰ, ਆਪਾਂ ਇਹਨਾਂ ਬਾਰੇ ਇੰਨਾ ਕੀ ਕਹਿ ਸਕਦੇ ਕਿ ਨਹੀਂ। ਬਾਕੀ ਹਰੇਕ ਬੰਦੇ ਆਪਣੀਆਂ ਪਿੰਡ ਵਾਲੀਆਂ ਵੋਟਾਂ, ਆਪਾਂ ਮਿੰਨਤ ਕਰੀਏ ਵੋਟ ਹੋਵੇ ਨਾ ਹੋਵੇ, ਭਾਵੇਂ ਇਹ ਤਾਂ ਕੰਮ ਵੋਟਾਂ ਦਾ ਹੀ ਮੇਰੇ ਸੋਚਦਾ ਹੈਗਾ ਕਿ ਨਹੀਂ। ਹੋਰ ਜੀਤ ਮਹਿੰਦਰ ਕੋਲ ਕਿਹੜਾ ਕੋਈ ਜ਼ਿਆਦਾ ਗੱਡਾ ਭਰਿਆ, ਇਹ ਤਾਂ ਹੋਈ ਹੈ। ਤੁਸੀਂ ਲੋਕਾਂ ਦੀ ਰਾਏ ਜਾਣੀ ਅਤੇ ਸੁਣੀ, ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ। ਤੁਸੀਂ ਜੁੜੇ ਰਹੋ ਡੇਲੀ ਡੈਸਕ ਟੀਵੀ ਦੇ ਨਾਲ। ਬਹੁਤ ਬਹੁਤ ਧੰਨਵਾਦ।